ਸੋ ਅੱਜ ਭਗਤ ਪੂਰਨ ਸਿੰਘ ਜੀ ਦੀ 27ਵੀਂ ਬਰਸੀ ਬੜੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ। ਭਗਤ ਪੂਰਨ ਸਿੰਘ ਜੀ ਦਾ ਸਾਡੇ ਸਮਾਜ ਦੇ ਵਿੱਚ ਬਹੁਤ ਵੱਡੀ ਦੇਣ ਹੈ ਔਰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਾਡੇ ਸਮਾਜ ਲਈ ਮਨੁੱਖਤਾ ਦੀ ਸੇਵਾ ਲਈ ਉਹਨਾਂ ਨੇ ਲਾਈ ਹੈ। ਜੋ ਅੱਜ ਅਸੀਂ ਦੇਖ ਰਹੇ ਹਾਂ ਪਿੰਗਲਵਾੜਾ ਬਹੁਤ ਵੱਡੀ ਸੰਸਥਾ ਹੈ, ਇਹ ਭਗਤ ਪੂਰਨ ਸਿੰਘ ਜੀ ਦੀ ਦੇਣ ਹੈ। ਉਹਨਾਂ ਨੇ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ 2.5 ਸਾਲ ਦੇ ਬੱਚੇ ਪਿਆਰਾ ਸਿੰਘ ਤੋਂ ਲੈ ਕੇ ਚੱਲੇ ਸਨ, ਜੋ ਉਹਨਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ, ਮਨੁੱਖਤਾ ਦੀ ਸੇਵਾ ਕੀਤੀ। ਅੱਜ ਅਸੀਂ ਦੇਖ ਰਹੇ ਕਿ ਐਡਾ ਵੱਡਾ ਪਿੰਗਲਵਾੜਾ ਜਿਹੜਾ ਬੇਸਹਾਰਿਆਂ ਦਾ ਆਸਰਾ ਹੈਗਾ ਔਰ ਜਿਹੜਾ ਜਿੰਨਾ ਅੰਗਹੀਨ ਨੇ ਜਿਹਦਾ ਕੋਈ ਆਸਰਾ ਨਹੀਂ, ਸੋ ਉਹਨਾਂ ਨੂੰ ਆਸਰਾ ਜਿਹੜਾ ਹੈ ਇਸ ਪਿੰਗਲਵਾੜੇ ਵਿੱਚ ਮਿਲਦਾ ਹੈ। ਇਹ ਇੱਕ ਭਗਤ ਪੂਰਨ ਸਿੰਘ ਦੀ ਦੇਣ ਹੈ। ਉਸ ਤੋਂ ਇਲਾਵਾ ਉਹਨਾਂ ਦੀ ਇੱਕ ਬਹੁਤ ਵੱਡੀ ਦੇਣ ਹੈ ਜੋ ਅੱਜ ਅਸੀਂ ਸਾਰੇ ਸਮਾਜ ਕੀ ਸਰਕਾਰਾਂ ਕੀ ਅੱਜ ਬੜੀਆਂ ਵਾਤਾਵਰਨ ਤੋਂ ਚਿੰਤਿਤ ਨੇ। ਭਗਤ ਪੂਰਨ ਸਿੰਘ ਨੇ ਅੱਧੀ ਸਦੀ ਪਹਿਲਾਂ ਇਹ ਸਾਰੀਆਂ ਗੱਲਾਂ ਆਪਣੇ ਲੇਖਾਂ ਰਾਹੀਂ ਆਪਣੇ ਭਾਸ਼ਣਾਂ ਰਾਹੀਂ ਸਾਰੀਆਂ ਕੀਤੀਆਂ ਸੀ ਕਿ ਸਾਨੂੰ ਵਾਤਾਵਰਨ ਸਾਫ਼ ਕਰਨ ਵਾਸਤੇ ਔਰ ਸਾਫ਼ ਹਵਾ ਚਾਹੀਦੀ ਹੈ, ਪਾਣੀ ਦਾ ਜਿਹੜਾ ਘਟਦਾ ਜਾ ਰਿਹਾ ਇਹਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਔਰ ਰੁੱਖ ਲਾਉਣੇ ਚਾਹੀਦੇ ਨੇ। ਇਹ ਸਾਰੀਆਂ ਗੱਲਾਂ ਭਗਤ ਪੂਰਨ ਸਿੰਘ ਨੇ ਅੱਜ ਤੋਂ 50 ਸਾਲ ਪਹਿਲਾਂ ਜਿਹੜੀਆਂ ਸਾਰੀਆਂ ਸਾਡੇ ਸਮਾਜ ਨੂੰ ਕਹੀਆਂ ਸੀਆਂ, ਅੱਜ ਅਸੀਂ ਸਾਰੇ ਉਹਨਾਂ ਪਾਸੇ ਲੱਗੇ ਹੋਏ ਹਾਂ। ਸੋ ਅੱਜ ਵੀ ਸਾਨੂੰ ਲੋੜ ਹੈ ਜੋ ਭਗਤ ਪੂਰਨ ਸਿੰਘ ਦੀਆਂ ਸਿੱਖਿਆਵਾਂ ਸਨ, ਜੋ ਅੱਜ ਸਾਡੇ ਸਮਾਜ ਨੂੰ ਆਪਣੇ ਵਿਚਾਰ ਦੇ ਕੇ ਗਏ ਸਨ, ਉਹਨਾਂ ਵਿਚਾਰਾਂ ਦੇ ਧਾਰਨੀ ਹੋ ਕੇ ਅਸੀਂ ਸਾਡੇ ਸਮਾਜ ਦੀ ਸੇਵਾ ਕਰ ਸਕਦੇ ਹਾਂ, ਵਾਤਾਵਰਨ ਸ਼ੁੱਧ ਕਰ ਸਕਦੇ ਹਾਂ ਔਰ ਇੱਕ ਚੰਗਾ ਜੀਵਨ ਜਿਹੜਾ ਜਿਉਣ ਦੀ ਜੋ ਸਾਨੂੰ ਉਹਨਾਂ ਨੇ ਉਸ ਵੇਲੇ ਵੀ ਆਪਣੇ ਭਾਸ਼ਣਾਂ ਰਾਹੀਂ ਸਿੱਖਿਆ ਦਿੱਤੀ, ਸਾਨੂੰ ਲੋੜ ਹੈ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ 'ਤੇ ਉੱਤੇ ਚੱਲ ਕੇ ਆਪਣਾ ਜੀਵਨ ਚੰਗਾ ਬਣਾਈਏ, ਸਮਾਜ ਨੂੰ ਚੰਗਾ ਬਣਾਈਏ।